राणा साहब की टीम के दो खिलाड़ी है जेड़े काला समेत वाला ते सुख बल्लोवाल दा ਉਹ ਹੁਣੇ ਇਸ ਕਬੱਡੀ ਕੱਪ ਤੇ ਪਹੁੰਚਿਆ ਬੇਨਤੀ ਹੈ ਵੀ ਰੈਡੀ ਹੋ ਕੇ ਜਲਦੀ ਦੇ ਨਾਲ ਕਬੱਡੀ ਦੀ ਖੇਡ ਗਰਾਊਂਡ ਦੇ ਵਿੱਚ ਪੁੱਜਣਾ ਇਧਰ ਫੁੱਟਬਾਲ ਦਾ ਕਹਿੰਦੇ ਵਧੀਆ ਮੈਚ ਖੇਡਿਆ ਜਾ ਰਿਹਾ ਹੈ ਇਸ ਸਾਲ ਜਦ ਕਮਾਲਪੁਰੇ ਫੁੱਟਬਾਲ ਦਾ ਟੂਰਨਾਮੈਂਟ ਖੇਡਿਆ ਗਿਆ ਤੇ ਉਹ ਵੀ ਕਹਿੰਦੇ ਭੰਮੀਪੁਰ ਦੇ ਨੌਜਵਾਨਾਂ ਨੇ ਜਿੱਤਿਆ ਲੱਖ ਲੱਖ ਮੁਬਾਰਕਬਾਦ ਇਸ ਨਗਰ ਨੂੰ ਲਵੀ ਸੁੱਕਿਆ ਦੋ ਤਿੰਨ ਮਿੰਟ ਆਪਾਂ ਨੂੰ ਇੰਤਜ਼ਾਰ ਕਰਨਾ ਪੈਣਾ ਕਿਉਂਕਿ ਦੋ ਤਿੰਨ ਖਿਡਾਰੀ ਜਿਹੜੇ ਅਜੇ ਨਹੀਂ ਪੁੱਜੇ ਇਸ ਤੋਂ ਅਗਲੇ ਮੈਚ ਦੇ ਲਈ ਸਾਡੀ ਬੇਨਤੀ ਹੈ ਬੀਲਾ ਤੇ ਭਿੰਡਰ ਬੀ ਦੀਆਂ ਟੀਮਾਂ ਪਲੀਜ਼ ਉਹ ਵੀ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣਾ ਬਾਬਾ ਜਾਹਰ ਵਲੀ ਕਲੱਬ ਬੱਦੋਵਾਲ ਤੇ ਅਖਾੜਾ ਇਹ ਸਾਰੀਆਂ ਟੀਮਾਂ ਜਿਹੜੀਆਂ ਆਪਣੇ ਮੈਚ ਜਿਹੜੇ ਨੋਟ ਕਰ ਲੈਣਾ ਵੱਡਾ ਖੇਡ ਸਟੇਡੀਅਮ ਆ ਭੰਮੀਪੁਰ ਦਾ ਤੇ ਸਾਹਮਣੇ ਕੁਝ ਬੱਚੇ ਆ ਜਿਹੜੇ ਨੌਜਵਾਨ ਟਿੱਬੇ ਦੇ ਉੱਪਰ ਬੈਠੇ ਆ ਕਿਉਂਕਿ ਉੱਥੇ ਫੁੱਟਬਾਲ ਵੀ ਜਿਹੜੀ ਐਨ ਦਿਖ ਰਹੀ ਹੈ ਤੇ ਕਬੱਡੀ ਵੀ ਐਨ ਉਦਾਂ ਤੇ ਪੰਜਾਬ ਦੇ ਵਿੱਚ ਹੁਣ ਜਿਹੜਾ ਰੇਤਾ ਵੀ ਉਹ ਮਹਿੰਗਾ ਹੋ ਚੁੱਕਿਆ 1,000 1,200 1,500 ਦੀ ਜਿਹੜੀ ਟਰਾਲੀ ਪੈਂਦੀ ਆ ਸ਼ਹਿਰਾਂ ਦੇ ਵਿੱਚ ਪਰ ਪਿੰਡਾਂ ਦੇ ਵਿੱਚ ਅਜੇ ਵੀ ਠੀਕ ਹੈ ਸਾਡੀ ਬੇਨਤੀ ਹੈ ਕਾਲਾ ਸਨੇਤ ਵਾਲਾ ਤੇ ਸੁਖ ਬੱਲੋਵਾਲ ਦਾ ਦੋਨੋਂ ਕਬੱਡੀ ਖਿਡਾਰੀ ਜਿਹੜੇ ਉਹ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣਾ ਸ਼ੇਰਪੁਰ ਕਲਾਂ ਤੇ ਕੋਕਰੀ ਕਲਾਂ ਫੁੱਟਬਾਲ ਓਪਨ ਦੀਆਂ ਟੀਮਾਂ ਸ਼ੇਰਪੁਰ ਵਰਸਿਜ਼ ਕੋਕਰੀ ਕਲਾਂ ਇਹ ਦੋਨੇ ਟੀਮਾਂ ਵੀ ਲਾਈਨ ਅਪ ਹੋ ਜਾਣ ਸ਼ੇਰਪੁਰ ਵਰਸਿਜ਼ ਕੋਕਰੀ ਕਲਾਂ ਇਸ ਮੈਚ ਤੋਂ ਬਾਅਦ ਚੱਲਦੇ ਮੈਚ ਤੋਂ ਬਾਅਦ ਇਹਨਾਂ ਦਾ ਨਾਲ ਦੀ ਨਾਲ ਮੈਚ ਆ ਸ਼ੇਰਪੁਰ ਵਰਸਿਜ਼ ਕੋਕਰੀ ਕਲਾਂ ਉਧਰ ਸਾਡਾ ਭਰਾ ਭਲਵਾਨ ਭੰਮੀਪੁਰੇ ਵਾਲਾ ਜਿਹੜਾ ਮੇਰੀ ਵੀਡੀਓ ਜੂਨੀਅਰ ਨੈਸ਼ਨਲ ਦੇ ਵਿੱਚ ਗੋਲਡ ਮੈਡਲਿਸਟ ਮਨਪ੍ਰੀਤ ਭੰਮੀਪੁਰੀਆ ਉਹ ਸਾਡੇ ਦਰਮਿਆਨ ਪੁੱਜ ਚੁੱਕਿਆ ਉਸ ਵੀਰ ਦਾ ਇੱਥੇ ਪੁੱਜਣ ਤੇ ਬਹੁਤ ਵੱਡਾ ਧੰਨਵਾਦ ਹੈ ਸਮੁੱਚੀ ਪ੍ਰਬੰਧਕੀ ਕਮੇਟੀ ਦੀ ਤਰਫ ਤੋਂ ਉਸ ਵੀਰ ਨੂੰ ਅਸੀਂ ਜੀਓ ਕਹਿੰਦੇ ਹਾਂ